ਇਨਸਕੇਪ ਦੀ ਵਰਤੋਂ ਕਰਕੇ ਲੇਅਰਸ ਅਤੇ ਬੂਲੀਅਨ ਆਪਰੇਸ਼ਨਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਾਂਗੇ: ਲੇਅਰਸ, ਫਿਲਟਰਸ, ਬੂਲੀਅਨ ਆਪਰੇਸ਼ਨਸ। ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ ਲਿਨਕਸ 12.04 ਆਪਰੇਟਿੰਗ ਸਿਸਟਮ, ਇਨਸਕੇਪ ਵਰਜ਼ਨ 0.48.4। ਹੁਣ ਇਨਸਕੇਪ ਖੋਲ੍ਹਦੇ ਹਾਂ। ਡੈਸ਼ ਹੋਮ ਉੱਤੇ ਜਾਓ ਅਤੇ ਟਾਈਪ ਕਰੋ ਇਨਸਕੇਪ। ਇਨਸਕੇਪ ਲੋਗੋ ਉੱਤੇ ਕਲਿੱਕ ਕਰੋ। ਹੁਣ ਅਸਾਈਨਮੈਂਟ 2.svg ਫਾਈਲ ਖੋਲ੍ਹਦੇ ਹਾਂ ਜੋ ਅਸੀਂ ਪਹਿਲਾਂ ਬਣਾਈ ਸੀ। ਮੈਂ ਇਸਨੂੰ ਡਾਕੂਮੈਂਟ ਫੋਲਡਰ ਵਿੱਚ ਸੇਵ ਕੀਤਾ ਸੀ। ਪਹਿਲਾਂ ਅਸੀਂ ਇਨਸਕੇਪ ਵਿੱਚ ਲੇਅਰਸ ਦੇ ਬਾਰੇ ਸਿੱਖਦੇ ਹਾਂ। ਲੇਅਰ ਮੈਨੂ ਉੱਤੇ ਜਾਓ ਅਤੇ ਲੇਅਰਸ ਵਿਕਲਪ ਉੱਤੇ ਕਲਿੱਕ ਕਰੋ। ਹੁਣ ਇੰਟਰਫੇਸ ਦੇ ਸੱਜੇ ਪਾਸੇ ਵੱਲ ਲੇਅਰ ਪੈਲੇਟ ਖੁੱਲ੍ਹਦਾ ਹੈ। ਡਿਫਾਲਟ ਰੂਪ ਨਾਲ ਲੇਅਰ ਉੱਥੇ ਹੈ, ਤੁਸੀਂ ਵੇਖ ਸਕਦੇ ਹੋ, ਜਿਸਦਾ ਨਾਮ ਲੇਅਰ 1 ਹੈ। ਇੱਕ ਨਵੀਂ ਲੇਅਰ ਜੋੜਨ ਜਾਂ ਬਣਾਉਣ ਲਈ ਲੇਅਰ ਪੈਲੇਟ ਉੱਤੇ ਪਲੱਸ ਆਈਕਨ ਉੱਤੇ ਕਲਿੱਕ ਕਰੋ। ਐਡ ਲੇਅਰ ਨਾਮਕ ਇੱਕ ਡਾਇਲੌਗ ਬਾਕਸ ਖੁੱਲ੍ਹਦਾ ਹੈ। ਲੇਅਰ ਨੇਮ ਟੈਕਸਟ ਬਾਕਸ ਵਿੱਚ ਅਸੀਂ ਲੇਅਰ ਨੂੰ ਇੱਕ ਨਾਮ ਦੇ ਸਕਦੇ ਹਾਂ। ਮੈਂ ਇਸ ਲੇਅਰ ਨੂੰ ਆਈ ਨਾਮ ਦੇਵਾਂਗਾ। ਹੁਣ ਅਸੀਂ ਪੋਜੀਸ਼ਨ ਡ੍ਰੌਪ ਡਾਊਨ ਲਿਸਟ ਉੱਤੇ ਕਲਿੱਕ ਕਰਕੇ ਲੇਅਰ ਦਾ ਸਥਾਨ ਨਿਸ਼ਚਿਤ ਕਰ ਸਕਦੇ ਹਾਂ। ਇੱਥੇ 3 ਵਿਕਲਪ ਹਨ। ਅਬਵ ਕਰੰਟ ਇਸ ਲੇਅਰ ਨੂੰ ਮੌਜੂਦਾ ਲੇਅਰ ਉੱਤੇ ਰੱਖੇਗਾ। ਬਿਲੋ ਕਰੰਟ ਇਸ ਲੇਅਰ ਨੂੰ ਮੌਜੂਦਾ ਲੇਅਰ ਦੇ ਹੇਠਾਂ ਰੱਖੇਗਾ। ਐਜ ਸਬ ਲੇਅਰ ਆਫ ਕਰੰਟ ਦਿਖਾਉਂਦਾ ਹੈ ਕਿ ਇਹ ਮੌਜੂਦਾ ਲੇਅਰ ਦਾ ਇੱਕ ਭਾਗ ਹੋਵੇਗਾ। ਮੈਂ ਇਸਨੂੰ ਅਬਵ ਕਰੰਟ ਦੀ ਤਰ੍ਹਾਂ ਸਥਿਤ ਕਰਾਂਗਾ ਅਤੇ ਐਡ ਬਟਨ ਉੱਤੇ ਕਲਿੱਕ ਕਰਾਂਗਾ। ਧਿਆਨ ਦਿਓ ਕਿ ਲੇਅਰ ਪੈਲੇਟ ਵਿੱਚ ਆਈ ਨਾਮਕ ਇੱਕ ਨਵੀਂ ਲੇਅਰ ਦਿਖਦੀ ਹੈ। ਉਸੇ ਤਰ੍ਹਾਂ ਨਾਲ ਬੋ ਨਾਮਕ ਇੱਕ ਹੋਰ ਲੇਅਰ ਬਣਾਓ। ਹੁਣ ਸਾਡੇ ਕੋਲ ਲੇਅਰ ਪੈਲੇਟ ਵਿੱਚ 3 ਲੇਅਰਸ ਹਨ। ਅੱਗੇ ਲੇਅਰ ਨੂੰ ਰੀਨੇਮ ਕਰਨਾ ਸਿੱਖਦੇ ਹਾਂ। ਪਹਿਲਾਂ ਲੇਅਰ 1 ਉੱਤੇ ਡਬਲ ਕਲਿੱਕ ਕਰੋ ਅਤੇ ਫਿਰ ਇਸ ਨੂੰ ਸਰਕਲ ਦੀ ਤਰ੍ਹਾਂ ਰੀਨੇਮ ਕਰੋ। ਆਪਣੇ ਕੈਨਵਸ ਉੱਤੇ ਵਾਪਸ ਆਉਂਦੇ ਹਾਂ। ਇੱਥੇ 2 ਅੱਖਾਂ ਅਤੇ 1 ਬੋ ਹੈ। ਹੁਣ ਇਹਨਾਂ ਸ਼ੇਪਸ ਨੂੰ 2 ਭਿੰਨ-ਭਿੰਨ ਲੇਅਰਸ ਜੋ ਅਸੀਂ ਬਣਾਏ ਹਨ ਉਹਨਾਂ ਵਿੱਚ ਮੂਵ ਕਰਦੇ ਹਾਂ। ਮਾਊਸ ਨੂੰ ਖਿੱਚ ਕੇ ਦੋਨਾਂ ਅੱਖਾਂ ਨੂੰ ਚੁਣੋ। ਹੁਣ ਕੀਬੋਰਡ ਉੱਤੇ Ctrl+X ਦਬਾਓ। ਹੁਣ ਅੱਖਾਂ ਅਦ੍ਰਿਸ਼ ਹੋ ਗਈਆਂ ਹਨ। ਹੁਣ ਲੇਅਰ ਪੈਲੇਟ ਵਿੱਚ ਆਈ ਲੇਅਰ ਉੱਤੇ ਕਲਿੱਕ ਕਰੋ। ਕੈਨਵਸ ਉੱਤੇ ਵਾਪਸ ਆਓ ਅਤੇ Ctrl+Alt+V ਦਬਾਓ। ਬੋ ਸ਼ੇਪ ਲਈ ਉਸੇ ਪ੍ਰਕਿਰਿਆ ਨੂੰ ਦੁਹਰਾਓ। ਸਾਰੇ ਆਬਜੈਕਟ ਨੂੰ ਡੀਸਲੈਕਟ ਕਰਨ ਲਈ ਕੈਨਵਸ ਉੱਤੇ ਕਿਤੇ ਵੀ ਖਾਲੀ ਸਥਾਨ ਉੱਤੇ ਕਲਿੱਕ ਕਰੋ। ਆਈ ਅਤੇ ਲੌਕ ਆਈਕਨ ਲੇਅਰਸ ਨੂੰ ਛੁਪਾਉਣ ਅਤੇ ਲੌਕ ਕਰਨ ਵਿੱਚ ਮਦਦ ਕਰਦੇ ਹਨ। ਜਦੋਂ ਤੁਸੀਂ ਇੱਕ ਲੇਅਰ ਨੂੰ ਛੁਪਾਉਂਦੇ ਹੋ ਤਾਂ ਤੁਸੀਂ ਬਾਅਦ ਵਾਲੀ ਹੇਠਲੀ ਲੇਅਰ ਉੱਤੇ ਆਬਜੈਕਟਸ ਨੂੰ ਸਪਸ਼ਟ ਰੂਪ ਵੱਲੋਂ ਵੇਖਦੇ ਹੋ। ਜਦੋਂ ਤੁਸੀਂ ਇੱਕ ਲੇਅਰ ਨੂੰ ਲੌਕ ਕਰਦੇ ਹੋ ਤਾਂ ਤੁਸੀਂ ਉਸ ਖਾਸ ਲੇਅਰ ਨੂੰ ਅਣਜਾਣੇ ਵਿੱਚ ਐਡਿਟ ਨੂੰ ਰੋਕਣ ਵਿੱਚ ਸਮਰੱਥ ਹੁੰਦੇ ਹੋ। ਇਹ ਵਿਸ਼ੇਸ਼ ਰੂਪ ਵੱਲੋਂ ਲਾਭਦਾਇਕ ਹੁੰਦੇ ਹਨ ਜਦੋਂ ਸਾਨੂੰ ਵੱਡੇ ਅਤੇ ਮੁਸ਼ਕਲ ਗ੍ਰਾਫਿਕ ਅਸਾਈਨਮੈਂਟ ਕਰਨਾ ਹੁੰਦਾ ਹੈ। ਹਰ ਇੱਕ ਲੇਅਰ ਦੇ ਖੱਬੇ ਪਾਸੇ ਵੱਲ ਆਈ ਅਤੇ ਲੌਕ ਨਾਮਕ 2 ਆਈਕਨਸ ਉੱਤੇ ਧਿਆਨ ਦਿਓ। ਹੁਣ ਅਸੀਂ ਸਿੱਖਾਂਗੇ ਕਿ ਇਹਨਾਂ ਨੂੰ ਕਿਵੇਂ ਪ੍ਰਯੋਗ ਕਰਦੇ ਹਨ। ਲੇਅਰ ਨੂੰ ਲੌਕ ਅਤੇ ਅਨਲੌਕ ਕਰਨ ਲਈ ਲੌਕ ਆਈਕਨ ਉੱਤੇ ਕਲਿੱਕ ਕਰੋ। ਮੈਂ ਹੁਣ ਬੋ ਲੇਅਰ ਲੌਕ ਕਰ ਦਿੱਤੀ ਹੈ। ਧਿਆਨ ਦਿਓ ਕਿ ਜੇਕਰ ਇੱਕ ਲੇਅਰ ਲੌਕ ਹੁੰਦੀ ਹੈ ਤਾਂ ਅਸੀਂ ਉਸ ਲੇਅਰ ਵਿੱਚ ਕੋਈ ਬਦਲਾਅ ਨਹੀਂ ਕਰ ਸਕਦੇ। ਹੁਣ ਕੈਨਵਸ ਉੱਤੇ ਬੋ ਨੂੰ ਚੁਣਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਵੇਖੋਗੇ ਕਿ ਅਜਿਹਾ ਕਰਨਾ ਸੰਭਵ ਨਹੀਂ ਹੈ। ਹੁਣ ਮੈਂ ਬੋ ਲੇਅਰ ਨੂੰ ਅਨਲੌਕ ਕਰਾਂਗਾ। ਹੁਣ ਮੈਂ ਬੋ ਆਬਜੈਕਟ ਨੂੰ ਚੁਣਨ ਵਿੱਚ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਦਲਣ ਦੇ ਵੀ ਯੋਗ ਹਾਂ। ਕੈਨਵਸ ਉੱਤੇ ਲੇਅਰ ਨੂੰ ਦ੍ਰਿਸ਼ ਜਾਂ ਅਦ੍ਰਿਸ਼ ਲਈ ਲੇਅਰ ਦੇ ਖੱਬੇ ਪਾਸੇ ਆਈ ਆਈਕਨ ਉੱਤੇ ਕਲਿੱਕ ਕਰੋ। ਮੈਂ ਬੋ ਲੇਅਰ ਲਈ ਆਈ ਆਈਕਨ ਉੱਤੇ ਕਲਿੱਕ ਕਰ ਰਿਹਾ ਹਾਂ। ਵੇਖੋ ਕਿ ਕੈਨਵਸ ਉੱਤੇ ਕੀ ਹੁੰਦਾ ਹੈ। ਹੁਣ ਮੈਂ ਬੋ ਲੇਅਰ ਨੂੰ ਡੁਪਲੀਕੇਟ ਕਰਦਾ ਹਾਂ। ਲੇਅਰ ਮੈਨੂ ਉੱਤੇ ਜਾਓ, ਡੁਪਲੀਕੇਟ ਕਰੰਟ ਲੇਅਰ ਵਿਕਲਪ ਉੱਤੇ ਕਲਿੱਕ ਕਰੋ। ਧਿਆਨ ਦਿਓ ਕਿ ਲੇਅਰ ਪੈਲੇਟ ਵਿੰਡੋ ਵਿੱਚ ਬੋ ਕਾਪੀ ਨਾਮਕ ਇੱਕ ਨਵੀਂ ਲੇਅਰ ਬਣ ਗਈ ਹੈ, ਲੇਕਿਨ ਅਸੀਂ ਕੈਨਵਸ ਵਿੱਚ ਇੱਕ ਨਵੀਂ ਬੋ ਵੇਖ ਸਕਦੇ ਹਾਂ। ਅਜਿਹਾ ਇਸ ਲਈ ਹੈ ਕਿਉਂਕਿ ਬੋ ਲੇਅਰ ਪਿਛਲੀ ਲੇਅਰ ਉੱਤੇ ਓਵਰਲੈਪ ਹੋਈ ਹੈ। ਉੱਪਰਲੀ ਲੇਅਰ ਉੱਤੇ ਬੋ ਚੁਣੋ ਅਤੇ ਦੋਨਾਂ ਬੋਸ ਨੂੰ ਦੇਖਣ ਲਈ ਇਸ ਨੂੰ ਇੱਕ ਪਾਸੇ ਮੂਵ ਕਰੋ। ਸਰਕਲ ਲੇਅਰ ਚੁਣੋ।
ਕੈਨਵਸ ਉੱਤੇ ਅੱਖਾਂ ਅਤੇ ਬੋਸ ਨੂੰ ਘੇਰੇ ਵਿੱਚ ਇੱਕ ਐਲਿਪਸ ਬਣਾਓ। ਇਸ ਨੂੰ ਸੰਤਰੀ ਰੰਗ ਨਾਲ ਭਰੋ। ਆਪਣੇ ਉੱਤੇ ਹੋਰ ਆਬਜੈਕਟਸ ਦੇ ਨਾਲ ਐਲਿਪਸ ਬੈਕਗ੍ਰਾਉਂਡ ਵਿੱਚ ਦਿਖਦਾ ਹੈ। ਲੇਅਰ ਪੈਲੇਟ ਵਿੱਚ ਪਲੱਸ ਆਈਕਨ ਦੇ ਅੱਗੇ ਚਾਰ ਆਈਕਨਸ ਚੁਣੇ ਹੋਏ ਲੇਅਰ ਨੂੰ ਸਥਿਰ ਕਰਨ ਵਿੱਚ ਮਦਦ ਕਰਦੇ ਹਨ। ਪਹਿਲਾ ਆਈਕਨ ਚੁਣੀ ਹੋਈ ਲੇਅਰ ਨੂੰ ਸਭ ਤੋਂ ਉੱਪਰੀ ਲੇਅਰ ਬਣਾ ਦਿੰਦਾ ਹੈ। ਸਰਕਲ ਲੇਅਰ ਇਸ ਸਮੇਂ ਚੁਣੀ ਹੋਈ ਹੈ। ਵੇਖੋ ਕਿ ਕਲਿੱਕ ਕਰਕੇ ਸਰਕਲ ਲੇਅਰ ਹੁਣ ਸਭ ਤੋਂ ਉੱਪਰਲੀ ਲੇਅਰ ਬਣ ਜਾਂਦੀ ਹੈ। ਆਖਰੀ ਆਈਕਨ ਚੁਣੀ ਹੋਈ ਲੇਅਰ ਨੂੰ ਸਭ ਤੋਂ ਹੇਠਲੀ ਲੇਅਰ ਬਣਾ ਦਿੰਦਾ ਹੈ। ਇਸ ਆਈਕਨ ਉੱਤੇ ਕਲਿੱਕ ਕਰੋ। ਧਿਆਨ ਦਿਓ ਕਿ ਸਰਕਲ ਲੇਅਰ ਹੁਣ ਸਭ ਤੋਂ ਹੇਠਲੀ ਲੇਅਰ ਹੈ। ਦੂਜਾ ਆਈਕਨ ਚੁਣੀ ਹੋਈ ਲੇਅਰ ਨੂੰ ਸਿਰਫ ਇੱਕ ਲੇਅਰ ਉੱਤੇ ਚੁੱਕਦਾ ਹੈ। ਇਸ ਆਈਕਨ ਉੱਤੇ ਕਲਿੱਕ ਕਰੋ। ਸਰਕਲ ਲੇਅਰ ਆਈ ਲੇਅਰ ਉੱਤੇ ਮੂਵ ਹੋ ਗਈ ਹੈ, ਸੋ ਅੱਖਾਂ ਨਹੀਂ ਵਿਖਦੀਆਂ ਹਨ। ਤੀਜਾ ਆਈਕਨ ਚੁਣੇ ਹੋਏ ਲੇਅਰ ਨੂੰ ਸਿਰਫ ਇੱਕ ਲੇਅਰ ਹੇਠਾਂ ਕਰਦਾ ਹੈ। ਇਸ ਆਈਕਨ ਉੱਤੇ ਕਲਿੱਕ ਕਰੋ। ਹੁਣ ਸਰਕਲ ਲੇਅਰ ਆਈ ਲੇਅਰ ਦੇ ਹੇਠਾਂ ਮੂਵ ਹੋ ਗਈ ਹੈ, ਸੋ ਇਸ ਪ੍ਰਕਾਰ ਇਹ ਚਾਰ ਆਈਕਨਸ ਦੀ ਵਰਤੋਂ ਕੀਤੀ ਜਾਂਦੀ ਹੈ। ਅੰਤ ਵਿੱਚ ਮਾਈਨਸ ਆਈਕਨ ਚੁਣੇ ਹੋਏ ਲੇਅਰ ਨੂੰ ਮਿਟਾਏਗਾ। ਬੋ ਕਾਪੀ ਲੇਅਰ ਨੂੰ ਚੁਣੋ ਅਤੇ ਇਸ ਉੱਤੇ ਕਲਿੱਕ ਕਰੋ। ਵੇਖੋ ਕਿ ਬੋ ਕਾਪੀ ਲੇਅਰ ਜ਼ਿਆਦਾ ਦੇਰ ਤੱਕ ਨਹੀਂ ਦਿਖਦੀ। ਬਲੈਂਡ ਬੋਰਡ ਪੂਰੀ ਲੇਅਰ ਉੱਤੇ ਬਲੈਂਡ ਫਿਲਟਰ ਲਾਗੂ ਕਰਨ ਦਾ ਸ਼ਾਰਟਕਟ ਹੈ। ਇਸ ਦਾ ਮਤਲਬ ਹੈ ਕਿ ਜੇਕਰ ਆਬਜੈਕਟਸ ਚੁਣੇ ਹੋਏ ਲੇਅਰਸ ਉੱਤੇ ਓਵਰਲੈਪ ਹੁੰਦੇ ਹਨ ਤਾਂ ਇੰਕਸਕੇਪ ਦੋ ਆਬਜੈਕਟਸ ਨੂੰ ਪਿਕਸਲ ਬਾਈ ਪਿਕਸਲ ਮਿਲਾਏਗਾ। ਸੋ ਫਿਲਟਰ ਨੂੰ ਦਿਖਾਉਣ ਲਈ ਸਰਕਲ ਲੇਅਰ ਉੱਤੇ ਰੱਖੋ। ਬਲੈਂਡ ਮੋਡ ਦੀ ਡ੍ਰੌਪ ਡਾਊਨ ਸੂਚੀ ਉੱਤੇ ਕਲਿੱਕ ਕਰੋ। ਧਿਆਨ ਦਿਓ ਕਿ ਇਸ ਵਿੱਚ ਪੰਜ ਵਿਕਲਪ ਹਨ। ਪਹਿਲਾ ਵਿਕਲਪ ਜੋ ਨਾਰਮਲ ਹੈ, ਲੇਅਰ ਉੱਤੇ ਕੋਈ ਫਿਲਟਰ ਨਹੀਂ ਜੋੜਦਾ ਹੈ। ਹੁਣ ਮੈਂ ਇਸ ਉੱਤੇ ਕਲਿੱਕ ਕਰਦਾ ਹਾਂ। ਵੇਖੋ ਕਿ ਲੇਅਰ ਉੱਤੇ ਕੋਈ ਵੀ ਫਿਲਟਰ ਨਹੀਂ ਜੁੜਿਆ ਹੈ। ਅੱਗੇ ਮਲਟੀਪਲਾਈ ਉੱਤੇ ਕਲਿੱਕ ਕਰੋ। ਧਿਆਨ ਦਿਓ ਕਿ ਸਭ ਤੋਂ ਉੱਪਰਲੀ ਲੇਅਰ ਉੱਤੇ ਆਬਜੈਕਟਸ ਲਾਈਟ ਨੂੰ ਫਿਲਟਰ ਕਰਦੇ ਹਨ, ਜਿਸ ਦੇ ਨਾਲ ਸਭ ਤੋਂ ਹੇਠਲੀ ਲੇਅਰ ਉੱਤੇ ਆਬਜੈਕਟਸ ਦ੍ਰਿਸ਼ ਹੋ ਜਾਣ। ਉਸੇ ਸਮੇਂ ਦੇ ਓਵਰਲੈਪ ਖੇਤਰ ਵਿੱਚ ਇਹ ਗੂੜੇ ਰੰਗ ਦੇ ਰੂਪ ਵਿੱਚ ਰੰਗਾਂ ਨੂੰ ਬਲੈਂਡ ਕਰਦਾ ਹੈ ਜਾਂ ਮਿਲਾਉਂਦਾ ਹੈ। ਅਗਲਾ ਵਿਕਲਪ ਸਕਰੀਨ ਹੈ। ਉੱਪਰੀ ਆਬਜੈਕਟ ਨੂੰ ਵੇਖੋ, ਇਹ ਹੇਠਲੇ ਆਬਜੈਕਟਸ ਦੇ ਰੰਗ ਨੂੰ ਫਿੱਕਾ ਕਰਦਾ ਹੈ, ਸੋ ਓਵਰਲੈਪ ਖੇਤਰ ਵਿੱਚ ਰੰਗਾਂ ਨੂੰ ਫਿੱਕਾ ਕਰਨ ਲਈ ਮਿਸ਼ਰਿਤ ਕਰਦਾ ਹੈ ਜਾਂ ਮਿਲਾਉਂਦਾ ਹੈ। ਡਾਰਕਨ ਚੁਣੋ। ਉੱਪਰੀ ਲੇਅਰ ਦੇ ਆਬਜੈਕਟਸ ਹੇਠਲੀ ਲੇਅਰ ਦੇ ਆਬਜੈਕਟਸ ਨੂੰ ਗਹਿਰਾ ਕਰਦੇ ਹਨ। ਹੁਣ ਆਖਰੀ ਵਿਕਲਪ ਚੁਣਦੇ ਹਾਂ ਜੋ ਲਾਈਟਨ ਹੈ। ਇੱਥੇ ਉੱਪਰੀ ਆਬਜੈਕਟਸ ਹੇਠਲੇ ਆਬਜੈਕਟਸ ਨੂੰ ਹਲਕਾ ਕਰਦੇ ਹਨ। ਜੇਕਰ ਕਿਸੇ ਵੀ ਸਮੇਂ ਤੁਸੀਂ ਬਲੈਂਡ ਮੋਡ ਨੂੰ ਵਾਪਸ ਨਾਰਮਲ ਵਿੱਚ ਲਿਆਉਂਦੇ ਹੋ ਤਾਂ ਹੁਣ ਤੱਕ ਲਾਗੂ ਹੋਏ ਬਲੈਂਡ ਫਿਲਟਰਸ ਅਦ੍ਰਿਸ਼ ਹੋ ਜਾਂਦੇ ਹਨ। ਫਿਲਟਰਸ ਮੈਨਿਊ ਵਿੱਚ ਅਸੀਂ ਬਹੁਤ ਜ਼ਿਆਦਾ ਫਿਲਟਰਸ ਵੇਖ ਸਕਦੇ ਹਾਂ। ਕੋਈ ਵਿਸ਼ੇਸ਼ ਫਿਲਟਰ ਲਾਗੂ ਕਰਨ ਦੇ ਲਈ ਪਹਿਲਾਂ ਆਬਜੈਕਟ ਚੁਣੋ ਅਤੇ ਫਿਰ ਪਸੰਦ ਦਾ ਫਿਲਟਰ ਉੱਤੇ ਕਲਿੱਕ ਕਰੋ। ਦੁਬਾਰਾ ਸਰਕਲ ਲੇਅਰ ਨੂੰ ਹੇਠਾਂ ਮੂਵ ਕਰਦੇ ਹਾਂ। ਹੁਣ ਇੱਕ ਅੱਖ ਨੂੰ ਚੁਣੋ। ਫਿਲਟਰ ਮੈਨਿਊ ਉੱਤੇ ਜਾਓ, ਬਲਰ ਅਤੇ ਫੈਂਸੀ ਬਲਰ ਚੁਣੋ। ਅੱਖਾਂ ਉੱਤੇ ਬਦਲਾਓ ਨੂੰ ਵੇਖੋ। ਹੁਣ ਮੈਂ ਦੂਜੀ ਅੱਖ ਨੂੰ ਚੁਣਦਾ ਹਾਂ। ਫਿਲਟਰਸ ਮੈਨਿਊ ਉੱਤੇ ਜਾਂਦਾ ਹਾਂ, ਬੇਵਲ ਅਤੇ ਸਮਾਰਟ ਜੈਲੀ ਚੁਣਦਾ ਹਾਂ। ਹੁਣ ਇੱਕ ਵਾਰ ਫਿਰ ਅੱਖ ਉੱਤੇ ਲਾਗੂ ਹੋਏ ਬਦਲਾਵਾਂ ਨੂੰ ਵੇਖੋ। ਹੁਣ ਬੋ ਚੁਣਦੇ ਹਾਂ। ਫਿਲਟਰਸ ਮੈਨਿਊ ਉੱਤੇ ਜਾਓ, ਸਕੈਟਰ ਅਤੇ ਏਅਰ ਸਪਰੇਅ ਚੁਣੋ। ਬੋ ਏਅਰ ਸਪਰੇਅ ਵਰਗੀ ਹੋਈ ਦਿਖਦੀ ਹੈ। ਬਲੈਂਡ ਮੋਡ ਦੇ ਹੇਠਾਂ ਓਪੈਸਿਟੀ ਵਿਕਲਪ ਚੁਣੀ ਹੋਈ ਲੇਅਰ ਦੀ ਅਪਾਰਦਰਸ਼ਤਾ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸਰਕਲ ਲੇਅਰ ਚੁਣੋ, ਓਪੈਸਿਟੀ ਲੈਵਲ ਨੂੰ ਐਡਜਸਟ ਕਰੋ ਅਤੇ ਐਲਿਪਸ ਵਿੱਚ ਬਦਲਾਵ ਨੂੰ ਵੇਖੋ। ਅੱਗੇ ਅਸੀਂ ਬੂਲੀਅਨ ਆਪਰੇਸ਼ਨਸ ਦੇ ਬਾਰੇ ਸਿੱਖਦੇ ਹਾਂ। ਪਾਥ ਮੈਨਿਊ ਉੱਤੇ ਜਾਓ। ਇਹ ਉਪਲਬਧ ਬੂਲੀਅਨ ਆਪਰੇਸ਼ਨਸ ਹਨ। ਉਪਲਬਧ ਸ਼ੇਪਸ ਨੂੰ ਇੱਕ ਪਾਸੇ ਰੱਖੋ। ਹਰੇ ਰੰਗ ਦਾ ਇੱਕ ਵਰਗ ਅਤੇ ਲਾਲ ਰੰਗ ਦਾ ਇੱਕ ਚੱਕਰ ਬਣਾਓ। ਚੱਕਰ ਨੂੰ ਵਰਗ ਦੀ ਪਾਸੇ ਦੀ ਉਸ ਦੇ ਉੱਤੇ ਰੱਖੋ। ਦੋਨਾਂ ਨੂੰ ਚੁਣੋ। ਪਾਥ ਮੈਨਿਊ ਉੱਤੇ ਜਾਓ ਅਤੇ ਯੂਨੀਅਨ ਉੱਤੇ ਕਲਿੱਕ ਕਰੋ। ਵੇਖੋ ਕਿ ਦੋਨੋਂ ਸ਼ੇਪਸ ਹੁਣ ਇਕੱਠੇ ਜੁੜ ਗਈਆਂ ਹਨ। ਹੁਣ ਇਸ ਪ੍ਰਕਿਰਿਆ ਨੂੰ ਅਨਡੂ ਕਰਨ ਲਈ ਆਪਣੇ ਕੀਬੋਰਡ ਉੱਤੇ ਕੰਟਰੋਲ ਪਲੱਸ ਜ਼ੈਡ ਦਬਾਓ। ਦੁਬਾਰਾ ਦੋਨਾਂ ਨੂੰ ਚੁਣੋ। ਪਾਥ ਮੈਨਿਊ ਉੱਤੇ ਜਾਓ
ਡਿਫਰੈਂਸ ਉੱਤੇ ਕਲਿੱਕ ਕਰੋ ਅਤੇ ਵੇਖੋ ਕੀ ਹੁੰਦਾ ਹੈ। ਇਸ ਕਿਰਿਆ ਨੂੰ ਅਨਡੂ ਕਰਨ ਲਈ ਦੁਬਾਰਾ Ctrl ਪਲੱਸ Z ਦਬਾਓ। ਦੁਬਾਰਾ ਦੋਨਾਂ ਆਬਜੈਕਟਸ ਨੂੰ ਚੁਣੋ। ਪਾਥ ਮੈਨੂ ਉੱਤੇ ਜਾਓ ਅਤੇ ਇੰਟਰਸੈਕਸ਼ਨ ਉੱਤੇ ਕਲਿੱਕ ਕਰੋ ਅਤੇ ਸ਼ੇਪ ਵਿੱਚ ਬਦਲਾਵ ਨੂੰ ਵੇਖੋ। ਇਸ ਪ੍ਰਕਿਰਿਆ ਨੂੰ ਅਨਡੂ ਕਰਨ ਲਈ ਦੁਬਾਰਾ Ctrl ਪਲੱਸ Z ਦਬਾਓ। ਦੁਬਾਰਾ ਦੋਨਾਂ ਆਬਜੈਕਟਸ ਨੂੰ ਚੁਣੋ। ਪਾਥ ਮੈਨੂ ਉੱਤੇ ਜਾਓ ਅਤੇ ਐਕਸਕਲੂਜਨ ਚੁਣੋ। ਸ਼ੇਪ ਵਿੱਚ ਬਦਲਾਵ ਨੂੰ ਵੇਖੋ। ਦੁਬਾਰਾ Ctrl ਪਲੱਸ Z ਦਬਾਓ। ਇੱਕ ਵਾਰ ਫਿਰ ਦੋਨਾਂ ਆਬਜੈਕਟਸ ਨੂੰ ਚੁਣੋ। ਪਾਥ ਮੈਨੂ ਉੱਤੇ ਜਾਓ ਅਤੇ ਡਿਵੀਜ਼ਨ ਚੁਣੋ। ਵੰਡੇ ਗਏ ਚੱਕਰ ਉੱਤੇ ਕਲਿੱਕ ਕਰੋ ਅਤੇ ਨਤੀਜਾ ਦੇਖਣ ਲਈ ਉਸ ਭਾਗ ਨੂੰ ਇੱਕ ਤਰਫ ਰੱਖੋ। ਹੁਣ ਇਹਨਾਂ ਪ੍ਰਕਿਰਿਆਵਾਂ ਨੂੰ ਅਨਡੂ ਕਰਨ ਲਈ ਦੋ ਵਾਰ Ctrl ਪਲੱਸ Z ਦਬਾਓ। ਦੋਨਾਂ ਆਬਜੈਕਟਸ ਨੂੰ ਦੁਬਾਰਾ ਚੁਣੋ। ਪਾਥ ਮੈਨੂ ਉੱਤੇ ਜਾਓ ਅਤੇ ਕੱਟ ਪਾਥ ਉੱਤੇ ਕਲਿੱਕ ਕਰੋ। ਸ਼ੇਪ ਵਿੱਚ ਬਦਲਾਵ ਨੂੰ ਵੇਖੋ। ਕੱਟ ਪਾਥ ਵਿਕਲਪ ਉਦੋਂ ਕਾਰਜ ਕਰਦਾ ਹੈ ਜਦੋਂ ਆਬਜੈਕਟ ਸਟ੍ਰੋਕ ਰੱਖਦਾ ਹੈ। ਪਹਿਲਾਂ ਸ਼ੇਪ ਨੂੰ ਅਣਚੁਣਿਆ ਕਰੋ। ਹੁਣ ਕਿਸੇ ਇੱਕ ਸਟ੍ਰੋਕ ਨੂੰ ਚੁਣੋ ਅਤੇ ਇਸ ਨੂੰ ਦਿਖਾਉਣ ਲਈ ਇੱਕ ਪਾਸੇ ਮੂਵ ਕਰੋ। ਹੁਣ ਇਸ ਪ੍ਰੋਜੈਕਟ ਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਇਹਨਾਂ ਬਾਰੇ ਸਿੱਖਿਆ: ਲੇਅਰਸ, ਫਿਲਟਰਸ ਅਤੇ ਬੂਲੀਅਨ ਆਪਰੇਸ਼ਨਸ। ਇੱਥੇ ਤੁਹਾਡੇ ਲਈ ਚਾਰ ਅਸਾਈਨਮੈਂਟ ਹਨ। ਗੁਲਾਬੀ ਰੰਗ ਦਾ ਇੱਕ ਰੈਕਟੈਂਗਲ ਅਤੇ ਹਰੇ ਰੰਗ ਦਾ ਇੱਕ ਤਿਕੋਣ ਬਣਾਓ। ਤਿਕੋਣ ਨੂੰ ਰੈਕਟੈਂਗਲ ਦੇ ਉੱਤੇ ਰੱਖੋ। ਦੋਨਾਂ ਨੂੰ ਚੁਣੋ। ਯੂਨੀਅਨ ਦੀ ਵਰਤੋਂ ਕਰੋ। ਇਹ ਹੋਮ ਆਇਕਨ ਦੀ ਤਰ੍ਹਾਂ ਦਿਖਣਾ ਚਾਹੀਦਾ ਹੈ। ਲੇਅਰ ਦਾ ਨਾਮ ਹੋਮ ਦਿਓ। ਦੋ ਚੱਕਰ ਬਣਾਓ। ਇੱਕ ਨੂੰ ਦੂਜੇ ਦੇ ਉੱਤੇ ਰੱਖੋ। ਦੋਨਾਂ ਨੂੰ ਚੁਣੋ ਅਤੇ ਡਿਫਰੈਂਸ ਦੀ ਵਰਤੋਂ ਕਰੋ। ਇਹ ਕ੍ਰੇਸੈਂਟ ਦੀ ਤਰ੍ਹਾਂ ਦਿਖਣਾ ਚਾਹੀਦਾ ਹੈ। ਇਹ ਐਲਿਪਸ ਬਣਾਓ। 10 ਕੋਨਿਆਂ ਵਾਲਾ ਇੱਕ ਸਟਾਰ ਬਣਾਓ। ਇਸ ਨੂੰ ਐਲਿਪਸ ਦੇ ਕੇਂਦਰ ਵਿੱਚ ਰੱਖੋ। ਦੋਨਾਂ ਨੂੰ ਚੁਣੋ ਅਤੇ ਐਕਸਕਲੂਜਨ ਲਾਗੂ ਕਰੋ। ਕ੍ਰੇਸੈਂਟ ਅਤੇ ਸਟਾਰ ਨਾਮਕ ਦੋ ਲੇਅਰਸ ਕ੍ਰਮਵਾਰ ਬਣਾਓ। ਕ੍ਰੇਸੈਂਟ ਸ਼ੇਪ ਨੂੰ ਕੱਟ ਕਰੋ ਅਤੇ ਕ੍ਰੇਸੈਂਟ ਲੇਅਰ ਉੱਤੇ ਪੇਸਟ ਕਰੋ। ਇਸ ਤਰ੍ਹਾਂ ਸਟਾਰ ਸ਼ੇਪ ਲਈ ਕਰੋ। ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਣੀ ਚਾਹੀਦੀ ਹੈ। ਦਿਖਾਏ ਗਏ ਲਿੰਕ ਉੱਤੇ ਉਪਲਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸਪੋਰਟ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲਬਧ ਹੈ। ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। IIT ਬੰਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਵਿਦਾ ਲੈਂਦਾ ਹਾਂ। ਧੰਨਵਾਦ।